ਸੁਪਨਿਆਂ ਦੀ ਪਰਵਾਜ਼ ਜਿਹੜੀ ਹੁੰਦੀ ਹੈ ਉਹਦੀ ਕੋਈ ਲਿਮਿਟ ਨਹੀਂ ਹੁੰਦੀ, ਇਸੇ ਕਰਕੇ ਕਹਿੰਦੇ ਕਿ ਸਕਾਈ ਇਜ਼ ਦਾ ਲਿਮਿਟ, ਅਤੇ ਸਾਡੇ ਨਾਲ ਉਹ ਅਦਾਕਾਰਾ ਨੇ ਜਿਹਨਾਂ ਲਈ ਸਕਾਈ ਇਜ਼ ਦਾ ਲਿਮਿਟ ਮੇਹਰ ਵਿੱਚ, ਮੇਹਰ ਜੀ ਆਇਆਂ ਨੂੰ ਥੈਂਕ ਯੂ ਜੀ, ਥੈਂਕ ਯੂ ਸੋ ਮੱਚ। ਮੇਹਰ, ਪਹਿਲੇ ਤਾਂ ਜਾਣਨਾ ਚਾਹਾਂਗੇ, ਬਾਲੀਵੁੱਡ ਤੋਂ ਜਦੋਂ ਘਰ ਆਉਂਦੇ ਹੋ ਅਤੇ ਉਹ ਘਰ ਵਾਲਿਆਂ ਵੱਲੋਂ ਦਿਲ ਖੋਲ੍ਹ ਕੇ ਜੀ ਆਇਆਂ ਆਖਿਆ ਜਾਂਦਾ? ਬਿਲਕੁਲ ਆਖਿਆ ਜਾਂਦਾ ਹੈ, ਅਤੇ ਆਈ ਐਮ ਜਸਟ ਲੱਕੀ ਦੈਟ ਵੀ ਬੋਥ ਆਰ ਇਨ ਸੇਮ ਪ੍ਰੋਫੈਸ਼ਨ ਐਂਡ ਇੱਕ ਦੂਜੇ ਦੀ ਤੁਸੀਂ ਵਰਕਿੰਗ ਆਰਸ ਨੂੰ ਸਮਝ ਸਕਦੇ ਹੋ, ਵੀ ਸਪੋਰਟ ਈਚ ਅਦਰ, ਵੀ ਅੰਡਰਸਟੈਂਡ ਈਚ ਅਦਰਸ ਥੋਟ ਪ੍ਰੋਸੈਸ ਐਜ਼ ਐਨ ਐਕਟਰ, ਸੋ ਆਈ ਥਿੰਕ ਆਈ ਐਮ ਬਲੈਸਡ ਐਬਸੋਲੂਟਲੀ। ਇੱਕ ਦੂਜੇ ਨੂੰ ਜਿਹੜੀ ਸਪੋਰਟ ਰਹਿੰਦੀ ਤੁਹਾਡੇ ਵੱਲੋਂ, ਉਹ ਹੈਲਦੀ ਕ੍ਰਿਟਿਸਿਜ਼ਮ ਵੀ ਰਹਿੰਦਾ ਆਪਸ ਦੇ ਵਿੱਚ? ਵੀ ਆਰ ਵੈਰੀ ਓਨੈਸਟ, ਅਸੀਂ ਬਹੁਤ ਓਨੈਸਟ ਹਾਂ ਇੱਕ ਦੂਜੇ ਦੇ ਨਾਲ, ਐਂਡ ਜੇ ਸਾਨੂੰ ਕੋਈ ਚੀਜ਼ ਨਹੀਂ ਚੰਗੀ ਲੱਗਦੀ ਅਸੀਂ ਕਹਿੰਦੇ ਹਾਂ, ਜੇ ਚੰਗੀ ਲੱਗਦੀ ਹੈ ਉਹ ਵੀ ਕਹਿੰਦੇ ਹਾਂ, ਸੋ ਵੀ ਬਿਲੀਵ ਇਨ ਬੀਂਗ ਓਨੈਸਟ ਐਂਡ ਦੈਟਸ ਦਾ ਬੈਸਟ ਪਾਰਟ ਆਫ ਅ ਰਿਲੇਸ਼ਨਸ਼ਿਪ ਆਈ ਫੀਲ। ਬੈਸਟ ਕੰਪਲੀਮੈਂਟ ਪਹਿਲੇ ਤਾਂ ਜਾਣਨਾ ਚਾਹਾਂਗੇ ਆਫਟਰ ਸੀਕਰੇਟ ਸੁਪਰ ਸਟਾਰ ਜੋ ਮਾਨਵ ਨੇ ਤੁਹਾਨੂੰ ਦਿੱਤਾ ਸੀ। ਉਹਨਾਂ ਨੇ ਕਿਹਾ ਸੀ ਕਿ ਮੈਨੂੰ ਵਿਸ਼ਵਾਸ ਨਹੀਂ ਹੋ ਰਿਹਾ ਤੂੰ ਇਹ ਕਰ ਗਈ ਹੈ, ਸੋ ਹੀ ਸੈਡ ਆਈ ਕਾਂਟ ਬਿਲੀਵ ਦੈਟ ਇਟਸ ਯੂ, ਐਂਡ ਵੈਨ ਆਈ ਸੀ ਮਾਈ ਸੈਲਫ ਔਨ ਸਕਰੀਨ ਮੈਨੂੰ ਵੀ ਲੱਗਦਾ ਕਿ ਮੈਂ ਨਹੀਂ ਕੀਤਾ, ਪਤਾ ਨਹੀਂ ਕੋਈ ਫੋਰਸ ਹੁੰਦੀ ਹੈ, ਕੋਈ ਸਪਿਰਚੁਅਲ ਪਾਵਰ ਹੁੰਦੀ ਹੈ ਜਿਹੜਾ ਤੁਹਾਨੂੰ ਕੈਰੈਕਟਰ ਕ੍ਰੀਏਟ ਕਰਨ 'ਚ ਹੈਲਪ ਕਰਦੀ ਹੈ, ਸੋ ਆਈ ਜਸਟ ਸੇ ਦੈਟ। ਕਿੱਦੋਂ ਕੁੰਡੀ ਤੋਂ ਬਾਅਦ ਮਾਨਵ ਦੀ ਪਰਫਾਰਮੈਂਸ ਇਜ਼ ਗੈਟਿੰਗ ਵੈਰੀ ਮੱਚ ਐਪਰੀਸ਼ੀਏਟਿਡ, ਅਤੇ ਤੁਹਾਡੇ ਵੱਲੋਂ ਉਹਨਾਂ ਨੂੰ ਕੀ ਕਿਹਾ ਗਿਆ ਜਦੋਂ ਬਣ ਰਹੀ ਸੀ ਉਸ ਦੌਰਾਨ, ਪ੍ਰੋਸੈਸ ਦੇ ਦੌਰਾਨ ਅਤੇ ਹੁਣ ਜਦੋਂ ਫਿਲਮ ਦੇਖੀ ਉਸ ਤੋਂ ਬਾਅਦ? ਮੈਂ ਜਦੋਂ ਨਰੇਸ਼ਨ ਮਾਨਵ ਨੂੰ ਦਿੱਤੀ ਸੀ ਰੋਹਿਤ ਨੇ, ਮੈਂ ਨਾਲ ਹੀ ਬੈਠੀ ਸੀ ਉਸ ਟਾਈਮ, ਮੈਨੂੰ ਸਕ੍ਰਿਪਟ ਬਹੁਤ ਸੋਹਣੀ ਲੱਗੀ ਸੀ, ਅਤੇ ਹੁਣ ਮੈਂ ਕਹਿਣਾ ਚਾਹੁੰਦੀ ਹਾਂ ਕਿ ਨੋਟ ਓਨਲੀ ਮਾਨਵ, ਆਈ ਥਿੰਕ ਐਵਰੀ ਵਨ ਇਨ ਦਾ ਫਿਲਮ ਇਜ਼ ਫੈਂਟੈਬਲਸ, ਜੇ ਇਹ ਫਿਲਮ ਕਿਸੇ ਇੱਕ ਬੰਦੇ ਦੀ ਵੀ ਜ਼ਿੰਦਗੀ ਨੂੰ ਇੰਸਪਾਇਰ ਕਰ ਸਕਦੀ ਆ, ਵੀ ਬੀ ਸੋ ਗਲੈਡ। ਅਜਿਹਾ ਹੁੰਦਾ ਕਿ ਮਾਨਵ ਇੰਨਾ ਕਿਰਦਾਰ ਵਿੱਚ ਜਿਵੇਂ ਸਕਰੀਨ ਦੇ ਵਿੱਚ ਨਜ਼ਰ ਆਉਂਦਾ, ਉਹ ਇੰਨਾ ਇਨਵੋਲਵ ਹੋ ਜਾਂਦੇ ਨੇ ਕਿ ਉਸ ਤੋਂ ਬਾਅਦ ਘਰ ਦੇ ਵਿੱਚ ਉਸ ਕਿਰਦਾਰ ਨੂੰ ਲੈ ਕੇ ਆ ਜਾਂਦੇ, ਜਾਂ ਤੁਸੀਂ ਕਹਿੰਦੇ ਹੋ ਕਿ ਘਰ ਦੀ ਦੇ ਲਈ ਇਸ ਤੋਂ ਬਾਹਰ ਹੀ ਰੱਖਣਾ? ਨਹੀਂ, ਮੈਂ ਸਮਝ ਸਕਦੀ ਹਾਂ ਕਿ ਹੁੰਦਾ ਇੱਕ ਐਕਟਰ ਨਾਲ, ਜਦੋਂ ਮੈਂ ਸੀਕਰੇਟ ਕੀਤੀ ਸੀ ਉਹਦੇ 'ਚ ਵੀ ਮੈਨੂੰ ਕੈਰੈਕਟਰ ਮੇਰੇ ਸਰ ਨੂੰ ਚੜ ਗਿਆ ਸੀ ਬੇਸਿਕਲੀ, ਉਹਨੂੰ ਲਾਹਣ ਨੂੰ ਟਾਈਮ ਲੱਗ ਜਾਂਦਾ, ਸੋ ਆਈ ਥਿੰਕ ਸੇਮ ਥਿੰਗ ਹੈਪਨ ਵਿਦ ਮਾਨਵ ਆਲਸੋ, ਬਟ ਆਈ ਅੰਡਰਸਟੈਂਡ ਐਂਡ ਆਮ ਓਕੇ ਵਿਦ ਦੈਟ, ਇਟਸ ਅ ਪ੍ਰੋਸੈਸ, ਇਟਸ ਆਰ ਲਾਈਫ, ਕਾਂਟ ਹੈਲਪ ਇਟ। ਅਰਦਾਸ ਤੋਂ ਬਾਅਦ ਹੁਣ ਅਸੀਂ ਉਡੀਕ ਇਹ ਵੀ ਕਰ ਰਹੇ ਹਾਂ ਕਿ ਤੁਸੀਂ ਪੰਜਾਬੀ ਸਿਨੇਮਾ ਦੇ ਵਿੱਚ ਜਾਂ ਕੋਈ ਪੰਜਾਬੀ ਫਿਲਮ ਦਾ ਪਲਾਨ ਅੱਗੇ ਬਣ ਰਿਹਾ? ਓ ਆਈ ਡੋਨਟ ਨੋ, ਆਈ ਡੋਨਟ ਹੈਵ ਐਨੀ ਆਨਸਰ ਫੋਰ ਦਿਸ ਕੁਐਸਚਨ ਐਜ਼ ਫੋਰ ਨਾਓ, ਬਟ ਵਾਈ ਨੋਟ, ਜੇ ਵਧੀਆ ਸਕ੍ਰਿਪਟ ਆਏਗੀ ਤਾਂ ਮੈਂ ਜ਼ਰੂਰ ਕਰੂੰਗੀ, ਆਈ ਐਮ ਅਟੈਚ ਟੂ ਪੰਜਾਬੀ ਸਿਨੇਮਾ ਐਂਡ ਆਈ ਫੀਲ ਪੰਜਾਬੀ ਸਿਨੇਮਾ 'ਚ ਕੈਪੇਬਿਲਿਟੀ ਹੈ ਅੱਗੇ ਵਧਣ ਦੀ, ਅਤੇ ਮੇ ਬੀ ਕਾਂਸ ਤੱਕ ਜਾਣ ਦੀ ਵੀ, ਐਂਡ ਆਈ ਵੁੱਡ ਹੋਪ ਕਿ ਇੱਥੇ ਵਧੀਆ ਪ੍ਰੋਜੈਕਟ ਜੇ ਆਉਣ, ਆਈ ਵੁੱਡ ਲਵ ਟੂ ਡੂ ਇਟ। ਇਸ ਤੋਂ ਇਲਾਵਾ ਸੁਣਨ ਵਿੱਚ ਇਹ ਵੀ ਆਇਆ ਕਿ ਆਮਿਰ ਖਾਨ ਦੀ ਪ੍ਰੋਡਕਸ਼ਨ ਨਾਲ ਹੀ ਤੁਹਾਡਾ ਕੁਝ ਹੋਰ ਪ੍ਰੋਜੈਕਟ ਵੀ ਆ ਰਿਹਾ, ਕੁਝ ਉਸ ਬਾਰੇ ਵੀ ਜਾਣਨਾ ਚਾਹਾਂ? ਅੱਛਾ, ਮੈਨੂੰ ਤਾਂ ਨਹੀਂ ਆਈ ਨਿਊਜ਼ ਕੋਈ ਵੀ। ਜਾਂ ਅੱਗੇ ਕਿਹੜੀਆਂ ਫਿਲਮਸ ਆ ਰਹੀਆਂ ਨੇ? ਹੁਣ ਮੈਂ ਡਿਸਕਲੋਜ਼ ਨਹੀਂ ਕਰ ਸਕਦੀ, ਬਟ ਵੈਰੀ ਸੂਨ ਆਲ ਅਨਾਊਂਸ ਇਟ, ਐਂਡ ਵਟ ਐਵਰ ਇਟ ਵਿਲ ਬੀ ਵਰਥ ਦ ਵੇਟ, ਸੋ ਪਲੀਜ਼ ਵੇਟ। ਤੁਸੀਂ ਦੋਵੇਂ ਜਿਹੜਾ ਹੈ ਸਪਿਰਚੁਅਲੀ ਬਹੁਤ ਕਨੈਕਟਡ ਰਹਿੰਦੇ ਹੋ, ਮਾਨਵ ਨਾਲ ਵੀ ਜਦੋਂ ਗੱਲ ਹੁੰਦੀ ਹੈ ਉਹ ਸਪਿਰਚੁਅਲਿਟੀ ਦੀ ਗੱਲ ਕਰਦੇ ਨੇ, ਇਹ ਸਪਿਰਚੁਅਲਿਟੀ ਜਿਹੜੀ ਹੈ ਉਹਦਾ ਉਹਦੀ ਕੀ ਹੈ? ਅਸੀਂ ਬਿਲੀਵ ਕਰਦੇ ਹਾਂ ਕਿ ਜ਼ਿੰਦਗੀ 'ਚ ਕੁਛ ਵੀ ਕਰਨ ਲਈ ਤੁਹਾਨੂੰ ਉਹਦੀ ਪਰਵਰਦਿਗਾਰ ਦੀ, ਤੁਸੀਂ ਵਾਹਿਗੁਰੂ ਕਹਿ ਲਓ, ਰੱਬ ਕਹਿ ਲਓ, ਕੁਝ ਵੀ ਕਹਿ ਲਓ, ਉਹਨਾਂ ਦੀ ਲੋੜ ਪੈਂਦੀ ਹੈ, ਚਾਹੇ ਉਹ ਕੈਰੈਕਟਰ ਕ੍ਰੀਏਟ ਕਰਨੇ ਹੋਣ, ਚਾਹੇ ਕੁਛ ਵੀ ਹੋਣ। ਆਈ ਥਿੰਕ ਦੈਟ ਪਾਵਰ, ਦੈਟ ਫੋਰਸ ਹੈਲਪਸ ਯੂ, ਐਂਡ ਯੂ ਨੋ ਔਨ ਐਵਰੀ ਸਟੈਪ ਵੀ ਹੈਵ ਫੈਲ ਦੈਟ ਵੀ ਬੀਨ ਆਲਵੇਜ਼ ਬੀਨ ਵੀ ਬੀਨ ਗਾਈਡਡ ਐਂਡ ਵੀ ਯੂ ਨੋ ਵੀ ਬੀਨ ਪ੍ਰੋਟੈਕਟਡ, ਐਂਡ ਦੈਟਸ ਵਾਈ ਵੀ ਐਂਡ ਆਰ ਰਿਲੇਸ਼ਨਸ਼ਿਪ, ਆਈ ਵੁੱਡ ਸੇ ਬਹੁਤ ਕਿਰਪਾ ਕਿ ਬਹੁਤ ਸੋਹਣਾ ਰਿਲੇਸ਼ਨਸ਼ਿਪ ਹੈ ਸਾਡਾ, ਸੋ ਵੀ ਫੀਲ ਦੈਟ ਦੇਰ ਇਜ਼ ਸਮ ਫੋਰਸ ਵਿਚ ਇਜ਼ ਯੂ ਨੋ ਕੀਪਿੰਗ ਐਵਰੀਥਿੰਗ ਵੈਰੀ ਪੋਜ਼ਿਟਿਵ ਐਂਡ ਪ੍ਰੋਟੈਕਟਡ ਅਰਾਊਂਡ ਅਸ। ਸੋ ਜ਼ਿੰਦਗੀ ਵਿੱਚ ਜਦੋਂ ਕੋਈ ਅਜਿਹਾ ਪਲ ਹੁੰਦਾ ਜਦੋਂ ਬਹੁਤ ਇਨਸਾਨ ਡਿਸਹਾਰਟਨ ਫੀਲ ਕਰਦਾ, ਉਸ ਵੇਲੇ ਕੀ ਚੀਜ਼ ਹੈ ਜਾਂ ਕਿਹੜਾ ਕੋਟ ਹੈ ਜਾਂ ਕਿਹੜਾ ਗੀਤ ਹੈ ਜਾਂ ਕੀ ਕਿਹੜੀਆਂ ਲਾਈਨਜ਼ ਨੇ ਅਜਿਹੀਆਂ ਜਿਹੜੀ ਤੁਹਾਨੂੰ ਅੱਗੇ ਵਧਣ ਵਾਸਤੇ ਮੋਟੀਵੇਟ ਕਰਦੇ, ਕਿਉਂਕਿ ਤੁਸੀਂ ਦੋਵਾਂ ਨੇ ਬਹੁਤ ਸਟਰਗਲ ਵੀ ਕੀਤਾ? ਸਰੈਂਡਰ, ਜਸਟ ਸਰੈਂਡਰ ਟੂ ਐਵਰੀਥਿੰਗ, ਆਈ ਵੁੱਡ ਜਸਟ ਸੇ ਜਸਟ ਸਰੈਂਡਰ ਟੂ ਹਿਮ, ਵੈਨਐਵਰ ਦੇਅਰ ਇਜ਼ ਅ ਪ੍ਰੋਬਲਮ, ਵੈਨਐਵਰ ਦੇਅਰ ਇਜ਼ ਐਨੀਥਿੰਗ, ਤੁਸੀਂ ਸਰੈਂਡਰ ਕਰੋਗੇ ਉਹ ਆਪਣੇ ਆਪ ਤੁਹਾਡੀ ਹੈਲਪ ਕਰੇਗਾ, ਦੈਟਸ ਵਾਟ ਆਈ ਫੀਲ ਐਂਡ ਦੈਟ ਹੈਜ਼ ਵਰਕ ਫੋਰ ਮੀ ਆਲਵੇਜ਼, ਸੋ ਸਰੈਂਡਰ ਇਜ਼ ਦਾ ਮੰਤਰਾ। ਅਜੇ ਸੀਕਰੇਟ ਟੂ ਸਕਸੈਸ ਵੀ ਕੋਈ ਹੈ? ਸੀਕਰੇਟ ਟੂ ਸਕਸੈਸ ਆਈ ਵੁੱਡ ਸੇ ਸਟੈਪ, ਸਕਸੈਸ ਇਜ਼ ਅਬਾਊਟ ਟਰਾਇੰਗ ਹਾਰਡ ਐਵਰੀ ਟਾਈਮ, ਐਂਡ ਇਟਸ ਨੋਟ ਗੋਇੰ ਹੈਪਨ ਵਿਦ ਵਨ ਟਰਾਈ, ਸੋ ਯੂ ਹੈਵ ਟੂ ਕੰਟੀਨਿਊਸਲੀ ਟਰਾਈ ਐਂਡ ਨੈਵਰ ਗਿਵ ਅਪ, ਐਂਡ ਦੈਟਸ ਵੈਨ ਦ ਯੂਨੀਵਰਸ ਵਿਲ ਅੰਡਰਸਟੈਂਡ, ਯੂਨੀਵਰਸ ਨੂੰ ਪਤਾ ਚੱਲੇਗਾ, ਇਸ ਬ੍ਰਹਿਮੰਡ ਨੂੰ ਪਤਾ ਚੱਲੇਗਾ ਕਿ ਇਹ ਕੁੜੀ ਆਹ ਮੁੰਡਾ ਗਿਵ ਅਪ ਨਹੀਂ ਕਰਨ ਵਾਲਾ, ਹੁਣ ਤਾਂ ਮੈਨੂੰ ਇਹਨੂੰ ਦੇਣਾ ਹੀ ਪੈਣਾ ਜੋ ਮੰਗ ਰਿਹਾ, ਸੋ ਯੂ ਨੋ ਯੂ ਹੈਵ ਟੂ ਕੋਂਸਟੈਂਟਲੀ ਕੀਪ ਟਰਾਇੰਗ ਐਂਡ ਨੈਵਰ ਗਿਵ ਅਪ ਐਂਡ ਨੈਵਰ ਲੂਜ਼ ਯੋਰ ਹਾਰਟ। ਇਸੇ ਕਰਕੇ ਮੈਂ ਸ਼ੁਰੂਆਤ ਵਿੱਚ ਕਿਹਾ ਸੀ ਉਡਾਨ ਦੀ ਕੋਈ ਲਿਮਿਟ ਨਹੀਂ ਹੁੰਦੀ, ਮੈਨੂੰ ਲੱਗਦਾ ਇਹਨਾਂ ਲਈ ਉਡਾਨ ਦੀ ਵੀ ਸਕਸੈਸ ਦੀ ਵੀ ਕੋਈ ਲਿਮਿਟ ਨਾ ਹੋਵੇ। ਥੈਂਕ ਯੂ ਵੈਰੀ ਮਚ ਐਂਡ ਆਲ ਸੋ ਮਚ, ਥੈਂਕ ਯੂ।
ਆਊਟ।